ਨਵੇਂ ਸਾਲ ਦੀ ਖੁਸ਼ੀ ਮਨਾਉਣ ਦੇ ਚੱਲਦਿਆਂ ਗਵਾਉਣੀ ਪਈ ਜਾਨ। ਜਿੱਥੇ ਲੋਕ 2017 ਨੂੰ ਅਲਵਿਦਾ ਕਰਨ ਦੇ ਲਈ ਜਸ਼ਨ ਦੀ ਤਿਆਰੀ ਕਰ ਰਹੇ ਸਨ, ਉੱਥੇ ਹੀ ਕੁਝ ਬਦਨਸੀਬ ਲੋਕ ਵੀ ਹਨ ਜੋ ਆਪਣੀ ਜਾਨ ਦੇ ਕੇ 2017 ਨੂੰ ਅਲਵਿਦਾ ਕਹਿ ਗਏ। ਅਜਿਹਾ ਹੀ ਮਾਮਲਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਨਵੇਂ ਸਾਲ ਦੇ ਜਸ਼ਨ ਵਿੱਚ ਡੁੱਬੇ 3 ਨੌਜਵਾਨਾਂ ਦੀ ਗੱਡੀ ਇੱਕ ਦਰਖਤ ਨਾਲ ਭਿੜ ਗਈ ਅਤੇ ਮੌਕੇ ਉੱਤੇ ਹੀ 1 ਨੌਜਵਾਨ ਦੀ ਮੌਤ ਹੋ ਗਈ ਅਤੇ 2 ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦਾ ਨਾਮ ਮਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ। ਮੈਨੂੰ ਤਾਂ ਫੋਨ ਕੀਤਾ ਤੇ ਮੈਂ ਕਦੋਂ ਆਇਆ ਜੀ? ਮ੍ਰਿਤ ਜਿਹੜੇ ਨੇ ਇਹ ਕੀ ਲੱਗਦੇ? ਇਹ ਮੇਰਾ ਭਤੀਜਾ ਵਾ ਜੀ। ਕੀ ਨਾਮ? ਇਹਦਾ ਮਨਪ੍ਰੀਤ ਨਾਮ। ਜਿਹੜੇ ਜ਼ਖਮੀ ਹੋਏ ਨੇ ਕੌਣ? ਹਾਂਜੀ, ਜਿਹੜੇ ਜ਼ਖਮੀ ਹੋਏ ਉਹ ਵੀ ਭਤੀਜਾ ਹੀ ਆ ਤੇ ਇੱਕ ਮੁੰਡਾ ਲਾਗੋਂ ਆ ਸਾਡੇ ਗੁਰਦੁਆਰੇ ਦੇ ਲਾਗੇ ਆ ਜਿਹੜਾ ਜਗਰਾਜ ਆ ਉਹ ਮੇਰਾ ਭਤੀਜਾ ਵਾ, ਜਣਾ ਮੇਰੇ ਤਾਏ ਦਾ ਪੋਤਰਾ। ਅਤੇ ਜਗਰਾਜ ਦੇ ਡੈਡੀ ਨੇ ਫੋਨ ਕੀਤਾ ਵਾ ਕਿ ਵੀ ਆਹ ਗੱਲ ਹੋ ਗਈ ਆ ਕਿ ਵੀ ਐਕਸੀਡੈਂਟ ਹੋ ਗਿਆ ਵਾ ਅਤੇ ਹਸਪਤਾਲ ਜਾ ਆਏ ਅਤੇ ਮਨਪ੍ਰੀਤ ਇਹ ਦਾ ਨਾਂ ਦੱਸਿਆ ਕਿ ਵੀ ਉਹ ਖਤਮ ਹੋ ਗਿਆ ਵਾ। ਚਲੋ ਕੋਈ ਖਾਂਦੇ ਪੀਂਦੇ ਹੋਣਗੇ। ਉੱਥੇ ਹੀ ਬਟਾਲਾ ਪੁਲਿਸ ਦੇ ਅਫਸਰ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਗੱਡੀ ਵਿੱਚ ਲਾਸ਼ ਕੱਢਣ ਲਈ ਉਹਨਾਂ ਨੂੰ ਕਾਫੀ ਮੁਸ਼ਕਤ ਕਰਨੀ ਪਈ ਕਿਉਂਕਿ ਲਾਸ਼ ਬੁਰੀ ਤਰ੍ਹਾਂ ਗੱਡੀ ਵਿੱਚ ਫਸ ਗਈ ਸੀ ਅਤੇ ਗੱਡੀ ਦੀ ਰਫ਼ਤਾਰ ਤੇਜ਼ ਹੋਣਾ ਵੀ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਉੱਥੇ ਐਕਸੀਡੈਂਟ ਹੋ ਗਿਆ ਉਮਰਪੁਰੇ ਇਲਾਕੇ। ਮੈਂ ਚੌਂਕੀ ਇੰਚਾਰਜ ਅਰਬਨ ਸਟੇਟ ਅਤੇ ਐਸ ਐਚ ਓ ਸਾਹਿਬ ਤਿੰਨੇ ਅਸੀਂ ਉੱਥੇ ਮੌਕੇ 'ਤੇ ਪਹੁੰਚੇ। ਉੱਥੇ ਵੇਖਿਆ ਲੋਕਾਂ ਤੋਂ ਆਮ ਸੂਤਰਾਂ ਤੋਂ ਇਹ ਪਤਾ ਲੱਗਾ ਵੀ ਇਹ ਨਵੇਂ ਸਾਲ ਦਾ ਜਸ਼ਨ ਕੀ ਬਣਾ ਕੇ ਆ ਰਹੇ ਸੀਗੇ, ਜਿਨ੍ਹਾਂ ਨੇ ਰਫ ਡਰਾਈਵਿੰਗ ਕੀਤੀ ਆ ਜਿਹੜੀ ਉਹਨਾਂ ਦੀ ਕਾਰ ਜਿਹੜੀ ਆ ਇੱਕ ਟਾਹਲੀ ਦੇ ਵਿੱਚ ਜਾ ਵੱਜੀ ਆ ਜਿਹਦੇ ਕਾਰਨ ਇੱਕ ਦੀ ਮੌਤ ਹੋ ਗਈ ਆ ਅਤੇ 2 ਜਿਹੜੇ ਇੱਕ ਬੀਜ ਗੰਭੀਰ ਰੂਪ ਚੱਕੀ ਹੋ ਗਿਆ, ਜਿਸ ਤੋਂ ਇਹ ਪਤਾ ਲੱਗਦਾ ਕਿ ਸਿਆਣਿਆਂ ਦੀ ਕਹਾਵਤ ਜਿਹੜੀ ਆ ਉਹ ਸੱਚ ਹੋਈ ਆ ਕਿ ਡਰਾਈਵਿੰਗ ਦਾ ਅਤੇ ਸ਼ਰਾਬ ਦਾ ਕੋਈ ਕਿਸਮੇ ਨਹੀਂ ਹੈ। ਡਰਾਈਵਰ ਦੀ ਡੈੱਡ ਬੋਡੀ ਜਿਹੜੀ ਆ ਜੀ ਉਹ ਬਿਲਕੁਲ ਕਾਰ ਦੇ ਵਿੱਚ ਕੀ ਫਸੀ ਹੋਈ ਸੀ, ਬੜੀ ਕਿ ਮੁਸ਼ਕਤ ਦੇ ਨਾਲ ਡੈੱਡ ਬੋਡੀ ਨੂੰ ਬਾਹਰ ਕੱਢਿਆ ਜੀ ਅਤੇ 2 ਸੀਗੇ ਉਹਨਾਂ ਨੂੰ ਹੋਸਪਿਟਲ ਦਾ। ਚਾਚੇ ਤਾਏ ਦੇ ਪੁੱਤ ਭਰਾ ਸੀਗੇ ਜੀ, ਜਸ਼ਨ ਮਨਾ ਕੇ ਆ ਰਹੇ ਸੀਗੇ ਅਤੇ ਮਤਲਬ ਪਿੰਡ ਕੀ ਸੰਗਰਾਮਾਂ ਦੇ ਰਹਿਣ ਵਾਲੇ ਅੰਮ੍ਰਿਤਸਰ ਰੈਫਰ ਕਰ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨਵੇਂ ਸਾਲ ਦੇ ਜਸ਼ਨ ਵਿੱਚ ਹੋ ਸਕਦਾ ਹੈ ਕਿ ਉਹਨਾਂ ਦੇ ਲੜਕੇ ਨੇ ਕੁਝ ਖਾਧਾ ਪੀਤਾ ਹੋਵੇ ਜਿਸ ਦੇ ਚੱਲਦਿਆਂ ਇਹ ਹਾਦਸਾ ਵਾਪਰਿਆ। ਬਟਾਲੇ ਤੋਂ ਰਿਪੋਰਟ, ਜਤਿੰਦਰ ਕੌਂਡਲ, ਪੰਜਾਬ ਦਰਪਣ।